ਬੈਂਕੁਇਟ ਹਾਲ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜੀहां ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਕਿ 8 ਤੋਂ 10 ਲੋਕ ਜਿਹੜੇ ਨੇ ਉਸ ਹਾਲ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਇਸ ਭਿਆਨਕ ਅੱਗ ਦੀਆਂ ਲਪਟਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਮਾਂ ਕਿੰਨਾ ਭਿਆਨਕ ਸੀ ਜਿਸ ਤਰੀਕੇ ਦੇ ਨਾਲ ਇਹ ਅੱਗ ਲੱਗ ਜਾਂਦੀ ਹੈ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਅੰਦਰ ਦਾਖਲ ਸੀ ਇਸ ਬੈਂਕਿਟ ਹਾਲ ਦੇ ਵਿੱਚ ਨੌਇਡਾ ਦੇ ਸੈਕਟਰ 74 ਦੇ ਵਿੱਚ ਸੁਪਰ ਟੈਂਕ ਕੇਪ ਟਾਊਨ ਦੇ ਕੋਲ ਇਹ ਲੋਟਸ ਗ੍ਰੈਂਡ ਬੈਂਕੁਇਟ ਹਾਲ ਸੀਗਾ ਜਿੱਥੇ ਇਹ ਲੋਕ ਅੰਦਰ ਦਾਖਲ ਹੋਏ ਸੀ 8 ਤੋਂ 10 ਲੋਕ ਜਿਹੜੇ ਨੇ ਉਹ ਅੰਦਰ ਬੈਂਕੁਇਟ ਹਾਲ ਦੇ ਵਿੱਚ ਸੀਗੇ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟੀ ਜਿਹੀ ਚਿੰਗਾੜੀ ਤੋਂ ਇਹ ਸਾਰਾ ਕੁਝ ਹੋ ਜਾਂਦਾ ਹੈ ਪਰ ਉਹ ਚਿੰਗਾੜੀ ਕਿੱਥੋਂ ਆਉਂਦੀ ਹੈ ਹਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਪਰ ਦੇਖਦੇ ਦੇਖਦੇ ਮੈਂਟਾਂਸ ਕੈਂਟਾਂ ਦੇ ਵਿੱਚ ਹੀ ਪੂਰੇ ਹਾਲ ਦੇ ਵਿੱਚ ਅੱਗ ਜਿਹੜੀ ਹੈ ਉਹ ਫੈਲ ਜਾਂਦੀ ਹੈ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਜਿਹੜੇ ਲੋਕ ਅੰਦਰ ਦਾਖਲ ਹੁੰਦੇ ਨੇ ਜਿਹੜੇ ਲੋਕ ਅੰਦਰ ਮੌਜੂਦ ਸੀ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਕਈ ਲੋਕ ਭੱਜਣ ਦੇ ਵਿੱਚ ਉੱਥੋਂ ਕਾਮਯਾਬ ਹੋਏ ਨਹੀਂ ਤਸਵੀਰ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਜਿਹੜੀ ਉਹ ਵੀ ਮੌਕੇ ਤੇ ਪਹੁੰਚਦੀ ਹੈ ਕਈ ਗੱਡੀਆਂ ਦੇ ਨਾਲ ਅੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਹਾਲਾਂਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਪੂਰੇ ਦਾ ਪੂਰਾ ਹਾਲ ਜਿਹੜਾ ਆ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਜਿੰਨਾ ਵੀ ਅੰਦਰ ਸਮਾਨ ਪਿਆ ਸੀ ਉਹ ਵੀ ਰਾਖ ਹੋ ਚੁੱਕਿਆ ਹੈ ਕਿਉਂਕਿ ਅੱਗ ਦੀਆਂ ਲਪਟਾਂ ਤੋਂ ਅੰਦਾਜ਼ਾ ਲਗਾਈ ਸਕਦੇ ਹਾਂ ਕਿ ਅੱਗ ਕਿੰਨੀ ਜ਼ਿਆਦਾ ਸੀ ਔਰ ਕਿੰਨੀ ਭਿਆਨਕ ਸੀ ਸਾਰਾ ਸਮਾਨ ਜਿਹੜਾ ਆ ਉਹ ਸੜ ਕੇ ਸੁਆਹ ਹੋ ਚੁੱਕਿਆ ਔਰ ਬੜੀ ਮੁਸ਼ਕਲ ਦੇ ਨਾਲ ਅੰਦਰੋਂ ਜਾਨਾਂ ਜੁੜੀਆਂ ਨੇ ਉਹ ਬੱਚੀਆਂ ਨੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਬੜੀ ਮੁਸ਼ਕਲ ਦੇ ਨਾਲ ਇਸ ਅੱਗ ਤੇ ਕਾਬੂ ਜਿਹੜਾ ਆ ਉਹ ਪਾਇਆ ਜਾਂਦਾ ਹੈ ਕਾਫੀ ਲੰਮੇ ਸਮੇਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਕੀ ਅ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਸੀ 20 ਤੋਂ 30 ਕਰਮਚਾਰੀ ਜਿਹੜੇ ਆ ਉਸ ਆਪਰੇਸ਼ਨ ਦੇ ਵਿੱਚ ਸ਼ਾਮਿਲ ਸੀਗੇ ਜਿਨ੍ਹਾਂ ਦੇ ਵੱਲੋਂ ਅੱਗ ਬੁਝਾਈ ਗਈ ਹਾਲਾਂਕਿ ਜਿਹੜੇ ਲੋਕ ਅੰਦਰ ਮੌਜੂਦ ਸੀ ਉਸ ਹਾਲ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਤਾਂ ਉਹ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲੇ ਨੇ ਆਪਣੀ ਜਾਨ ਬਚਾ ਕੇ ਪਰ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਹੈ ਕਿ ਉਹਨਾਂ ਦੀ ਜਾਨ ਬਚ ਗਈ ਹੈ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਾਲ ਦੀ ਗੱਲ ਕਰੀਏ ਤਾਂ ਸਾਰੇ ਦਾ ਸਾਰਾ ਹਾਲ ਜਿਹੜਾ ਆ ਉਹ ਸੜ ਕੇ ਸੁਆਹ ਹੋ ਚੁੱਕਾ ਹੈ ਰਾਖ ਹੋ ਚੁੱਕਾ ਹੈ ਇੰਨੀ ਕੁ ਜ਼ਿਆਦਾ ਅੱਗ ਜਿਹੜੀ ਉਹ ਭਿਆਨਕ ਸੀਗੀ ਕਿ ਇੱਕ ਚਿੰਗਾਰੀ ਤੋਂ ਸ਼ੁਰੂ ਹੁੰਦਾ ਹੈ ਕੰਮ ਹੌਲੀ-ਹੌਲੀ ਪੂਰੇ ਦਾ ਪੂਰਾ ਹਾਲ ਜਿਹੜਾ ਆ ਸੜ ਕੇ ਸੁਆਹ ਹੋ ਜਾਂਦਾ ਹੈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੁੜੀਆਂ ਅੱਗ ਬੁਝਾਉਣ ਦੇ ਵਾਸਤੇ ਲੱਗੀਆਂ ਹੋਈਆਂ ਸੀ 20 ਤੋਂ 30 ਕਰਮਚਾਰੀਆਂ ਨੇ ਇਹ ਅੱਗ ਜਿਹੜੀ ਆ ਮਿਲ ਕੇ ਉਹ ਬੁਝਾਈ ਹੈ